ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਨੂੰ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ 27 ਅਕਤੂਬਰ ਰਾਤ ਦੇ ਮੌਸਮ ਦੀ ਕੀ ਅੱਜ ਰਾਤ ਸਮੇਂ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਹੜੇ ਇਲਾਕਿਆਂ ਦੇ ਵਿੱਚ ਕਿਵੇਂ ਕੀ ਕੀ ਮੌਸਮੀ ਹਲਚਲ ਹੋ ਸਕਦੀ ਹੈ ਬੱਦਲਬਾਗੀ ਤੋਂ ਲੈ ਕੇ ਤਾਪਮਾਨ ਹਵਾਵਾਂ ਕੀ ਰਹਿਣਗੀਆਂ ਸੋ ਜਿਵੇਂ ਕਿ ਆਪਾਂ ਦੇਖਦੇ ਆ ਨਾ ਕਿ ਇਸ ਵੇਲੇ ਪੰਜਾਬ ਦਾ ਮੌਸਮ ਬੜਾ ਜ਼ਿਆਤਰ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਪੱਛਮੀ ਹਵਾਵਾਂ ਲਗਾਤਾਰ ਚੱਲ ਰਹੀਆਂ ਤਾਂ ਇਸੇ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਵੀ ਰਾਤ ਦੇ ਸਮੇਂ ਵੀ ਦੇਰ ਸ਼ਾਮ ਤੋਂ ਲੈ ਕੇ ਰਾਤ ਕੱਲ ਸਵੇਰ ਤੱਕ ਪੂਰੀ ਰਾਤ ਹਲਕੀਆਂ ਪੱਛਮੀ ਹਵਾਵਾਂ ਵਗਦੀਆਂ ਰਹਿਣਗੀਆਂ ਜਿਨ੍ਹਾਂ ਦੀ ਗਤੀ ਦਿਨ ਦੇ ਮੁਕਾਬਲੇ ਥੋੜੀ ਜਿਹੀ ਘਟ ਜਾਵੇਗੀ ਲਗਭਗ 5 ਤੋਂ ਲੈ ਕੇ 10-12 ਕਿਲੋਮੀਟਰ ਦੇ ਰਫ਼ਤਾਰ ਦੀਆਂ ਹਵਾਵਾਂ ਰਹਿਣਗੀਆਂ ਤੇ ਪੰਜਾਬ ਦੇ ਕੁਝ ਜਿਹੜੇ ਪੂਰਬੀ ਇਲਾਕੇ ਜਿਵੇਂ ਚੰਡੀਗੜ੍ਹ ਸਾਈਡ ਦੇ ਨੇੜੇ ਦੇ ਇਲਾਕੇ ਹੋਣਗੇ ਤਾਂ ਉਹਨਾਂ ਵਿੱਚ ਹੋ ਸਕਦਾ ਹੈ ਕਿ ਅੱਜ ਆਪਾਂ ਨੂੰ ਦੇਰ ਸ਼ਾਮ ਲਗਭਗ 6-7 ਵਜੇ ਤੋਂ ਲੈ ਕੇ ਅਗਲੇ 1-2 ਘੰਟਿਆਂ ਤੱਕ ਥੋੜੀ-ਬਹੁਤ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ 1-2 ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਹਲਕੀ ਫੁਲਕੀ ਬਹੁਤ ਹਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਜੋ ਇਲਾਕੇ ਚੰਡੀਗੜ੍ਹ ਜਾਂ ਉਹਦੇ ਨੇੜੇ ਟੇਡੇ ਪੈਂਦੇ ਹਨ ਬਾਕੀ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਗੁਰਦਾਸਪੁਰ ਹੋ ਗਏ ਜਾਂ ਪਠਾਨਕੋਟ ਦੇ ਕੁਝ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਅੱਧੀ ਰਾਤ ਤੋਂ ਬਾਅਦ ਸਵੇਰ ਸਮੇਂ ਤੱਕ ਥੋੜੀ ਬਹੁਤ ਟੁੱਟ ਵੀ ਬੱਦਲ ਬਾਈ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਜ਼ਿਆਦਾ ਮੌਸਮ ਕਿਸੇ ਇਲਾਕੇ ਵਿੱਚ بگੜਨ ਦੇ ਜਾਂ ਕੋਈ ਮੌਸਮੀ ਹਲਚਲ ਹੋਣ ਦੇ ਅਸਰ ਨਹੀਂ ਹੋਣਗੇ ਮੌਸਮ ਜ਼ਿਆਦਾਤਰ ਸਾਫ਼ ਖੁਸ਼ਕ ਤੇ ਠੀਕ ਠਾਕ ਬਣਿਆ ਰਹੇਗਾ ਇਜੋ ਰਾਤ ਸਮੇਂ ਦਾ ਤਾਪਮਾਨ ਹੋਵੇਗਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ 16-17 ਤੋਂ ਲੈ ਕੇ 20 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਪਹਿਲਾਂ ਦੇ ਪਿਛਲੇ 1-2 ਦਿਨਾਂ ਦੇ ਮੁਕਾਬਲੇ ਜਿਹੜਾ ਤਾਪਮਾਨਾ ਥੋੜਾ ਜਿਹਾ 1-2 ਡਿਗਰੀ ਤੱਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦਿਨ ਦੇ ਸਮੇਂ ਚੰਗੀ ਧੁੱਪ ਲੱਗ ਰਹੀ ਹੈ ਜਿਸ ਕਰਕੇ ਟੈਂਪਰੇਚਰ ਇੱਕ ਵਾਰ ਫਿਰ 1-2 ਡਿਗਰੀ ਹੋਰ ਵਧੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 2-4 ਡਿਗਰੀ ਦਾ ਤਾਪਮਾਨ ਵਿੱਚ ਵਾਧਾ ਜਿਹੜਾ ਹਲਕਾ ਫੁਲਕਾ ਫਿਰ ਦੇਖਣ ਨੂੰ ਮਿਲੂਗਾ ਤੇ ਜੋ ਸਥਾਈ ਠੰਡ ਸਮੇਂ ਤੋਂ ਪਹਿਲਾਂ ਆ ਗਈ ਸੀ ਤਾਂ ਉਹਦੇ ਵਿੱਚੋਂ ਥੋੜੀ